हाँ जी प्यारे बच्चों, आगे जी अपन तुहाडे कोल अगली वीडियो लैके तुहाडे कोल क्वेश्चन नंबर 7 ते टोटल मेरे ख्याल ने 11। ठीक है जी, तो देखिए दो वीडियोस दे विच बना लांगे तुहाडे कोल अपन। ठीक है जी, सो देखो जी, 7 नंबर क्वेश्चन बहुत ज्यादा इंपॉर्टेंट है, बोतलां लग भी वधिया रहियां ने। कहिंदा बोतलां दे इक बैच 25 बक्सियां विच रख्या जांदा है, हरेक बक्से विच 12 बोतलां हन। ਠੀਕ ਹੈ, 12 ਬੋਤਲਾਂ ਨੇ 25 ਬਕਸਿਆਂ 'ਚ ਰੱਖਿਆ ਜਾਂਦਾ ਹੈ। ਹੁਣ 20 ਬੋਤਲਾਂ ਰੱਖਣੀਆਂ ਨੇ, ਬਕਸੇ ਤਾਂ ਘਟਣ ਗਈ। ਦੇਖੋ ਸਿੰਪਲ ਜਿਹੀ ਵਾਲਾ, 1 2 3 4, 12 ਬੋਤਲਾਂ ਅਗਰ ਪਾਣੇ ਹੋ ਤਾਂ 25 ਬਕਸੇ ਲੱਗ ਰਹੇ ਨੇ। ਹੁਣ ਇੱਕ ਸਿਆਣਾ ਬੰਦਾ ਆ ਗਿਆ, ਕਹਿੰਦਾ 20 ਬੋਤਲਾਂ ਪਾਓ। 1 2 3 4 5 6 7 8 9 ਬਣ ਗਈਆਂ 20, ਸਿੱਧੇ ਗਿਣੋ, ਗੁਣਾ ਕਰ ਲਓ। ਠੀਕ ਹੈ ਜੀ, ਤੁਹਾਡੇ ਕੋਲ ਸੋ ਕਿੰਨੀਆਂ ਨੇ, 1 2 3 4 5, ਪੰਜ ਲਾਈਨਾਂ ਜਿਹੜੀਆਂ ਹੈਗੀਆਂ ਨੇ ਤੁਹਾਡੇ ਕੋਲ। ਤੋ ਇਹਨੇ 20 ਬੋਤਲਾਂ ਰੱਖਣੀਆਂ ਨੇ, 4 ਲਾਈਨਾਂ ਚਾਹੀਦੀਆਂ ਸੀਗੀਆਂ। ਠੀਕ ਹੈ, ਤੋ ਜਿਹੜਾ ਹੈਗਾ ਤੁਹਾਡੇ ਕੋਲ, ਚਲੋ ਫੋਟੋ ਦਾ ਕੋਈ ਚੱਕਰ ਨਹੀਂ ਗਾ, ਤੁਸੀਂ ਕੁਐਸਚਨ ਦੇਖੀਏ ਆਪਣਾ। ਠੀਕ ਹੈ, ਜਦੋਂ ਬੋਤਲਾਂ ਵਧਣਗੀਆਂ ਤਾਂ ਪੱਕੀ ਗੱਲ ਹੈ ਬਕਸੇ ਤਾਂ ਘਟਣਗੇ। ਹੁਣ ਅਗਰ ਆਪਾਂ ਇੱਕ ਵੇਰੀਏਬਲ ਐਕਸ ਇੱਕ ਵੇਰੀਏਬਲ ਵਾਈ, ਠੀਕ ਹੈ ਜੀ, ਐਕਸ ਨੂੰ ਤੁਸੀਂ ਕੀ ਕਹੋਗੇ, ਬੋਤਲਾਂ ਕਹਿ ਲਓ, ਹੋਰ ਕੀ ਹੈ, y ਨੂੰ ਕੀ ਕਹੋਗੇ, ਬਕਸੇ। ਲੋ ਹੁਣ ਜਦੋਂ ਇੱਕ ਬੋਤਲ 12 ਬੋਤਲਾਂ ਪੈਂਦੀਆਂ ਨੇ ਇੱਕ, ਤਾਂ 25 ਬਕਸਿਆਂ ਦੀ ਲੋੜ ਪੈਂਦੀ ਹੈ। ਜਦੋਂ 20 ਬੋਤਲਾਂ ਪੈਣਗੀਆਂ ਤਾਂ ਕਿੰਨੇ ਬਕਸਿਆਂ ਦੀ ਲੋੜ ਹੋਗੀ, x ਦੇ ਸਾਹਮਣੇ x1 x2, y ਦੇ ਸਾਹਮਣੇ y1 y2। ਫਾਰਮੂਲਾ ਲਾਇਆ x1 y1 ਬਰਾਬਰ ਹੈ x2 y2। x1 ਦੀ ਵੈਲਿਊ ਕਿੰਨੀ ਹੈ 12, y1 ਦੀ ਕਿੰਨੀ ਹੈ 25, x2 ਦੀ ਹੈਗੀ ਹੈ 20, y2 ਦੀ ਕਿੰਨੀ ਹੈ ਲੱਭਣੀ ਹੈ। ਸੋ 12 25 ਬਟਾ 20 ਇਹ ਆ ਗਿਆ ਤੁਹਾਡਾ y2। 5 ਦੇ ਪਹਾੜੇ ਤੇ 5 5 25, 5 ਚੌਕ 20, 4 ਦੇ ਪਹਾੜੇ 4 ਇਕਮ 4, ਸੋ 15 ਆ ਗਿਆ ਜੀ ਤੁਹਾਡੇ ਕੋਲ। ਇਹਦਾ ਮਤਲਬ ਹੁਣ ਮੈਨੂੰ ਸਿਰਫ 15 ਬਕਸੇ ਹੀ ਚਾਹੀਦੇ ਨੇ। ਸੋ 15 ਬਕਸੇ ਹੀ ਚਾਹੀਦੇ ਨੇ ਜੀ। ਸੋ ਕੁਐਸਚਨ ਫਿਨਿਸ਼। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ ਜੀ ਤੁਹਾਡੇ ਕੋਲ। ਠੀਕ ਹੈ, ਲਓ ਜੀ ਅਗਲਾ ਕੁਐਸਚਨ ਦੇਖੀਏ। ਮੇਰੇ ਖਿਆਲ ਇੰਨੀ ਸਪੇਸ ਹੈਗੀ ਹੈ ਕਿ ਇਹ ਵੀ ਆਰਾਮ ਨਾਲ ਹੋ ਜਾਏਗਾ। ਕਲਰ ਚੇਂਜ ਕਰ ਲੈਂਦੇ ਹਾਂ ਤਾਂ ਜੋ ਤੁਹਾਨੂੰ ਕੋਈ ਕਨਫਿਊਜ਼ਨ ਨਾ ਰਹੇ। ਕਹਿੰਦਾ ਇੱਕ ਫੈਕਟਰੀ ਵਿੱਚ ਕੁਝ ਵਸਤੂਆਂ 63 ਦਿਨਾਂ ਵਿੱਚ, ਮਤਲਬ ਦਿਨ ਨੇ ਮਸ਼ੀਨਾਂ ਨੇ, 63 ਦਿਨ 'ਚ ਬਣਾਉਣੀਆਂ ਨੇ ਤਾਂ 42 ਮਸ਼ੀਨਾਂ ਚਾਹੀਦੀਆਂ, 54 ਦਿਨ 'ਚ ਬਣਾਉਣੀਆਂ ਤਾਂ ਮਸ਼ੀਨਾਂ ਵਧਾਉਣੀਆਂ ਪੈਣਗੀਆਂ। ਸੋ ਬਹੁਤ ਈਜ਼ੀ ਕੁਐਸਚਨ ਹੈ ਜੀ, ਹੁਣ ਤੱਕ ਤਾਂ ਥੋੜੀ ਇੰਨਾ ਕੁ ਫਲੋ ਬਣ ਗਿਆ ਹੋਣਾ ਤੁਹਾਡਾ ਵੀ ਤੁਸੀਂ ਸਟੇਟਮੈਂਟ ਦੇਖਦੇ ਹੀ ਚੱਕ ਦਿੰਦੇ ਹੋਵੋਗੇ। ਠੀਕ ਹੈ ਜੀ, ਇੱਕ ਫੈਕਟਰੀ ਵਿੱਚ ਕੁਝ ਵਸਤੂਆਂ 63 ਦਿਨ, ਇੱਕ ਪਾਸੇ ਦਿਨ ਲਿਖ ਲਓ ਹੈ ਨਾ, ਇੱਕ ਪਾਸੇ ਲਿਖ ਲਓ ਮਸ਼ੀਨਾਂ। ਅਬ ਇੱਕ ਫੈਕਟਰੀ ਵਿੱਚ 63 ਦਿਨ ਬਣਾਉਣ ਲਈ 42 ਮਸ਼ੀਨਾਂ ਲੱਗਦੀਆਂ, ਕੋਈ ਕੰਮ ਹੈਗਾ ਜੀ, ਇੱਕ ਪਾਸੇ ਡੇਜ਼ ਲਿਖ ਲਿਆ ਇੱਕ ਪਾਸੇ ਮਸ਼ੀਨਸ ਲਿਖ ਲਿਆ। ਡੇਜ਼ 63 ਨੇ ਤਾਂ ਮਸ਼ੀਨਾਂ ਉਸ ਟਾਈਮ 42 ਲੱਗਦੀਆਂ ਨੇ। ਠੀਕ ਹੈ, ਉਹ ਤੋਂ ਬਾਅਦ ਡੇ 54 ਦਿਨ ਘਟਾਤੇ ਮਸ਼ੀਨਾਂ ਕਿੰਨੀਆਂ ਲੱਗਣਗੀਆਂ, ਡੈਫੀਨੇਟਲੀ ਵੱਧ ਲੱਗਣਗੀਆਂ, x1 x2 y1 y2। ਤਾਂ ਫਾਰਮੂਲਾ ਇਨਵਰਸ ਦਾ ਹੈ, x5 y1, ਤੋਂ x1 ਕੌਣ ਹੈ 63, y1 ਕੌਣ ਹੈ 42, x2 ਕੌਣ ਹੈ 54, y2 ਆਪਾਂ ਲੱਭਣਾ ਹੈ। ਸੋ y2 ਦੀ ਵੈਲਿਊ ਕਿੰਨੀ ਹੋਈ, 63 ਗੁਣਾ 42 ਬਟਾ 54। ਠੀਕ ਹੈ, ਹੁਣ ਆਪਾਂ ਨੇ ਇਹਨੂੰ ਕੱਟਣਾ ਹੈਗਾ ਤੁਹਾਡੇ ਕੋਲ, ਤਾਂ ਆਪਾਂ ਕੱਟਣ ਲਈ ਕੀ ਹਿਸਾਬ ਕਿਤਾਬ ਵਰਤੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਹਾਂ 54 ਜਿਹੜਾ ਹੈਗਾ ਇਹ ਨੀਚੇ ਹੈਗਾ ਤੁਹਾਡੇ ਪਾਸ। ਸੋ ਦੇਖੋ ਤੁਹਾਡੇ ਪਾਸ 9 5 45 9 6 54 9 7 63, 9 6 54 9 7 63, 9 ਦੇ ਪਾੜ ਤੇ ਹੋ ਗਿਆ 6 ਕਮ 6 7 6 42। ਸੋ y2 ਦੀ ਵੈਲਿਊ 7 7 49, ਇਹਦਾ ਮਤਲਬ 49 ਮਸ਼ੀਨਾਂ ਚਾਹੀਦੀਆਂ ਹੋਣਗੀਆਂ ਮੈਨੂੰ ਤੁਹਾਡੇ ਕੋਲ, 49 ਮਸ਼ੀਨਾਂ ਦੀ ਲੋੜ ਪਏਗੀ। ਠੀਕ ਹੋ ਗਿਆ ਜੀ, ਸੋ ਆਪਣਾ ਕੁਐਸਚਨ ਜਿਹੜਾ ਹੈਗਾ ਬੋਤਲਾਂ ਵਾਲਾ ਕੁਐਸਚਨ ਵੀ ਆਪਾਂ ਨੇ ਕਰ ਦਿੱਤਾ ਤੁਹਾਡੇ ਕੋਲ, ਤੇ ਮਸ਼ੀਨਾਂ ਵਾਲਾ ਕੁਐਸਚਨ ਵੀ ਕਰ ਦਿੱਤਾ, ਤੇ ਮੇਰਾ ਖਿਆਲ ਹੈ ਕੋਈ ਦਿੱਕਤ ਵਾਲੀ ਗੱਲ ਵੀ ਨਹੀਂ ਹੈ ਕਿ ਤੁਹਾਡੇ ਕੋਲ, ਤੁਸੀਂ ਈਜ਼ੀਲੀ ਕਰ ਲਿਆ ਤੁਹਾਡੇ ਕੋਲ। ਠੀਕ ਹੈ, ਹੁਣ ਆ ਗਏ ਤੁਹਾਡੇ ਕੋਲ ਆਪਾਂ, ਠੀਕ ਹੈ, ਅਗਲੇ ਕੁਐਸਚਨ ਦੇ ਉੱਤੇ, ਕੁਐਸਚਨ ਨੰਬਰ 9 ਦੇ ਉੱਤੇ। ਠੀਕ ਹੈ, ਸੋ 9 ਨੂੰ ਆਪਾਂ ਨੀਚੇ ਜਾ ਕੇ ਕਰਦੇ ਹਾਂ। ਇੱਕ ਕਾਰ ਕਿਤੇ ਪਹੁੰਚਣ ਨੂੰ ਚਾਲ ਤੇ ਘੰਟਾ, ਹੁਣ ਤੁਸੀਂ ਦੇਖੋ ਜੀ, ਜੇ ਤੁਹਾਡੀ ਸਪੀਡ ਜ਼ਿਆਦਾ ਹੋਊਗੀ, ਮਤਲਬ ਇਹ ਚਾਲ ਹੈ, ਚਾਲ ਮੈਨੇ ਤੁਹਾਡੀ ਸਪੀਡ, ਜੇ ਤੁਹਾਡੀ ਸਪੀਡ ਜ਼ਿਆਦਾ ਹੋਊਗੀ ਤਾਂ ਫਿਰ ਜਿਹੜਾ ਸਮਾਂ ਹੈ, ਸਮਾਂ ਤਾਂ ਘੱਟੇ ਲੱਗੂਗਾ, ਸਾਈਕਲ ਤੇ ਤੁਹਾਡੀ ਸਪੀਡ ਜ਼ਿਆਦਾ ਹੁੰਦੀ ਹੈ ਤੁਰਨ ਨਾਲੋਂ, ਤਾਂ ਟਾਈਮ ਤੁਸੀਂ ਘੱਟ ਲੈਂਦੇ ਹੋ।
तुर के तुसी टाइम ज़्यादा लाने हो, ठीक है। सो इनवर्स रिलेशन ही है थोड़े को, ठीक है। तो जिहड़ा हैगा क्वेश्चन नंबर 9 में कहिंदा, अगर 60 किलोमीटर च 2 घंटे लगते हैं, 80 किलोमीटर होवे तां किन्ना समा लगेगा, किलोमीटर पर आ रहा है। सो लो जी, मैं नीचे कर दिंदा थोड़े को, तो फिर दो क्वेश्चन बच जाएंगे, वो अगले वीडियो च कर देंगे। सो क्वेश्चन नंबर जिहड़ा हैगा मेरा 9 है। 9 दे विच अपने कोल दो ऑप्शन ने, दो ऑप्शन दे विच एक थोड़ा एक्स वेरीएबल है, एक वाई। एक्स नूं तुसीं कह लो समा, कह लो समा घंटियां विच, तो तुसीं समा कह लिया घंटियां दे विच। उस तो बाद जिहड़ा हैगा निचले च आपां स्पीड कह दिंदे हां, स्पीड लिखी चाल लिखी कोई फर्क नहीं पैंदा, समझ आंदे सारे। तो समा घंटिया विच हुण जिहड़ा समा है, समा 2 घंटा लगता है जदों थोड़ी स्पीड इन्नी हुंदी है, जदों थोड़ी स्पीड 80 किलोमीटर पर आर हुंदी है उदों समय का पुछना है। सो इनवर्स एक्स वन वाई वन बराबर एक्स टू वाई टू, एक्स वन 2, वाई वन 60, एक्स टू 80, वाई टू निकालना है। सो जे वाई टू निकालना हैगा तुहाडे कोल, तां फिर इहदा मतलब है 2 गुणा 60 बटा 80, ये तुहाडा वाई टू आ गया, ठीक है। सो इहदा मतलब अगर इहदे नाल आह कट गया तां 2 एकम 2, 2 चौके 8, सो 6 बटा 4 आ गया जी। सो 3 बटा 2, सो वाई टू बराबर है 3/2, ठीक है। वाई टू की सीगा जी, समा सीगा, तो 1.5 घंटा लग्या, ठीक है ना, इहनू ऐ लिख दिंदे एक सी 1/2। सो 1.5 घंटा तुहाडा जिहड़ा हैगा लग्या, स्पीड वधाई ते टाइम कट जांदा, ठीक है जी। सो एना ही ठीक है जी, बाकी आपां नैक्सट वीडियो दे विच कर लांगे तुहाडे कोल, ठीक है। सो दो दो क्वेश्चन बाकी बच गए तुहाडे, ठीक है जी। सो उन्हां नूं आपां जिहड़ा हैगा अगली वीडियोज़ दे विच देखते हैं तुहाडे कोल, ठीक है जी। सो शेयर जरूर कर दिओ तुहाडे कोल, ठीक है। जे सबसक्राइब नहीं किया तो सबसक्राइब भी कर लो, नुकसान नहीं होएगा कोई। जब तक अगलियां क्लासां जाओगे बहुत ज़्यादा वीडियो भर जाएंगे इस विच। थैंक यू।